ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਸੰਤਨ ਕੀ ਮਹਿਮਾ ਕਵਨ ਬਖਾਨੋ ਆਗਾਦ ਬੋਧ ਕਿਛ ਮਿਤ ਨਹੀਂ ਜਾਣੋ ਦੇਖੋ ਮਹਾਂਪੁਰਖਾਂ ਦੀ ਮਹਿਮਾ ਦਾ ਕਥਨ ਕਿੱਥੋਂ ਤੱਕ ਕੀਤਾ ਜਾ ਸਕਦਾ ਕਿਉਂਕਿ ਮਹਾਂਪੁਰਖਾਂ ਦੀ ਮਹਿਮਾ ਆਗਾਦ ਬੋਧ ਹੁੰਦੀ ਹੈ ਇਸ ਕਰਕੇ ਉਹ ਕਥੀ ਨਹੀਂ ਜਾਂਦੀ ਹੈ ਅੱਜ ਦਾ ਇਸ ਸੰਦਰਭ ਦੇ ਵਿੱਚ ਸੰਤ ਹੀਰਾ ਸਿੰਘ ਜੀ ਦੌਧਪੁਰੀਏ ਉਹਨਾਂ ਦੇ ਜੀਵਨ ਦਾ ਅਨੇਕ ਕੌਤਕਾਂ ਦੇ ਵਿੱਚੋਂ ਇੱਕ ਕੌਤਕ ਇੱਕ ਘਟਨਾ ਕਰਮ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਦੇਖੋ ਸੰਤ ਹੀਰਾ ਸਿੰਘ ਜੀ ਜਿਹੜੇ ਸਿਗੇ ਇਹ ਬੀਬੀ ਹਰਵੰਸਕੌਰ ਜਿਹੜੇ ਹੋਏ ਹਨ ਉਹਨਾਂ ਦੇ ਸਕੇ ਚਾਚਾ ਜੀ ਲੱਗਦੇ ਸੀ ਜਦੋਂ ਸੰਤ ਹੀਰਾ ਸਿੰਘ ਹੋਣਾ ਨੇ ਸ਼ੁਰੂ-ਸ਼ੁਰੂ ਚ ਅਮਰਿਤ ਛਕਿਆ ਸੀਗਾ ਔਰ ਅੰਮ੍ਰ ਸ਼ਗਨ ਤੋਂ ਬਾਅਦ ਇਹਨਾਂ ਦੀ ਜਿਹੜੀ ਲਗਨ ਸੀਗੀ ਨਾ ਨਾਮ ਅਭਿਆਸ ਦੇ ਵਿੱਚ ਇੰਨੀ ਜਲਦੀ ਪੱਕੀ ਕਿ ਇਹ ਤੁਰੇ ਜਾਂਦੇ ਕੰਮ ਕਰ ਕਰਦੇ ਹਰ ਟਾਈਮ ਜਿਹੜਾ ਇਹਨਾਂ ਦਾ ਧਿਆਨ ਸੀਗਾ ਨਾਮ ਭਜਨ ਸਿਮਰਨ ਦੇ ਵਿੱਚ ਲੱਗਾ ਰਹਿੰਦਾ ਸੀਗਾ ਔਰ ਇਸ ਤੋਂ ਬਾਅਦ ਇਹਨਾਂ ਨੇ ਗੁਰਵਾਣੀ ਦੇ ਕਈ ਕਈ ਪਾਠ ਕਰਨੇ ਸ਼ੁਰੂ ਕਰ ਦਿੱਤੇ ਔਰ ਇਹਨਾਂ ਪ੍ਰੇਮ ਇਹਨਾਂ ਦਾ ਗੁਰਵਾਣੀ ਦੇ ਨਾਲ ਹੋਇਆ ਸੰਤ ਹੀਰਾ ਸਿੰਘ ਜੀ ਦਾ ਕਿ ਇਹਨਾਂ ਨੇ ਗੁਰਦੁਆਰੇ ਸਾਹਿਬ ਜਾਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਇੱਕ ਲਤ ਦੇ ਪਾਰ ਖੜੇ ਹੋ ਕੇ ਸਿਮਰਨ ਸਾਧਨਾ ਕਰਨੇ ਤੇ ਇੱਕ ਲਤ ਦੇ ਪਾਰ ਖੜੇ ਹੋ ਕੇ ਸਿਮਰਨ ਸਾਧਨਾ ਸਾਰੀ-ਸਾਰੀ ਰਾਤ ਕਰਨੀ ਆ। ਉਸ ਤੋਂ ਬਾਅਦ ਜਦੋਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਤੱਬਿਆ ਬਹਿਣਾ ਤੇ ਘੰਟਿਆਂ ਵੱਧੀ ਪਾਠ ਕਰੀ ਜਾਣਾ। ਐਸੀ ਲਗਨ ਸੀ ਸੰਤ ਹੀਰਾ ਸਿੰਘ ਹੋਣਾ ਦੀ। ਦੇਖੋ ਇਸ ਤਰ੍ਹਾਂ ਪਾਠ ਕਰਦੇ ਆਂ, ਭਜਨ ਬੰਦੀ ਕੀ ਕਰਦੇ ਆਂ, ਇਹਨਾਂ ਦੇ ਜੀਵਨ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਕਉਤਕ ਵਰਤਣ ਨਿਕ ਪੈ। ਇੱਕ ਵਾਰ ਦੱਸਦੇ ਆ ਸੰਤ ਹੀਰਾ ਸਿੰਘ ਜੀ ਕਿ ਮੇਰੇ ਮਨ ਦੇ ਵਿੱਚ ਇੱਕ ਦਿਨ ਬੜਾ ਛਾਲਾ ਖਾਦਾ ਤੇ ਕਹਿੰਦੇ ਮੈਂ ਹਨ ਦੌੜ ਕੇ ਗੁਰਦਰਾ ਸਾਹਿਬ ਚਲਾ ਗਿਆ ਜਾ ਕੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਕਹਿੰਦੇ ਮੈਂ ਜਦ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਿਠਾ ਹਨ ਹਜੇ ਕਹਿੰਦੇ ਰਮਾਲਾ ਚੱਕਣ ਹੀ ਲੱਗਾ ਅਚਨ ਚੇਤ ਕਹਿੰਦੇ ਵੀ ਮੇਰੀ ਜਿਹੜੀ ਸੁਰਤ ਸੀ ਜਗਦੰਮ ਅੰਦਰ ਖਿੱਚੀ ਗਈ ਜਦ ਸੁਰਤੰਦਰ ਖਿੱਚੀ ਗਈ ਬਸ ਫੇਰ ਕੀ ਸੀ ਕਹਿੰਦੇ ਮੇਰਾ ਕਨੈਕਸ਼ਨ ਸਿੱਧਾ ਵਾਹਿਗੁਰੂ ਦੇ ਨਾਲ ਜੁੜ ਗਿਆ ਤੇ ਉਹ ਜਿਹੜੀ ਅਲਾਹੀ ਜੋਤ ਸੀਗੀ ਕਹਿੰਦੇ ਮੇਰੇ ਅੰਦਰ ਜਗਮਗ ਜਗਮਾ ਕਰਨ ਲੱਗ ਪਈ ਬਸ ਜਦੋਂ ਕਹਿੰਦੇ ਜੋਤ ਜਗਮਗ ਜਗਮਾ ਕਰਨ ਲੱਗ ਪਈ ਤਾਂ ਇਹ ਅਜਰ ਨਾ ਜਾਣਨ ਵਾਲੀ ਜੋਤ ਦਾ ਚਲਕਾਰਾ ਜਦ ਅੰਦਰ ਕਹਿੰਦੇ ਲੱਖਾਂ ਸੂਰਜਾਂ ਦੇ ਪ੍ਰਕਾਸ਼ ਦਾ ਤੇਜ ਕਹਿੰਦੇ ਮੇਰੇ ਅੰਦਰ ਜਦ ਮੈਂ ਆਪਣੇ ਆਪ ਤੇ ਧੱਕਿਆ ਤੇ ਕਹਿੰਦੇ ਮੈਂ ਬਿਸਮਾਰ ਦੇ ਵਿੱਚ ਚਲਾ ਗਿਆ ਉਸ ਤੋਂ ਬਾਅਦ ਸੰਤ ਹੀਰਾ ਸਿੰਘ ਜੀ ਕਹਿੰਦੇ ਆ ਕਿ ਮੈਂ ਐਸੇ ਜੋਤ ਦੇ ਵਿੱਚ ਕਹਿੰਦੇ ਵੀ ਸ਼ੂਖ ਮਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਦ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਰੀਰ ਜਕਦਮ ਕਹਿੰਦੇ ਵੀ ਹਲਕਾ ਫੁਲਕਾ ਹੋ ਗਿਆ ਇੰਨਾ ਹਲਕਾ ਹੋ ਗਿਆ ਕਿ ਦੂਸਰਾ ਕੋਤਕੇ ਵਰਤਿਆ ਕਿ ਮੇਰਾ ਜਿਹੜਾ ਸਰੀਰ ਸਗਾਹਨਾ ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਬੈਠਾ ਕਹਿੰਦੇ ਵੀ ਉਪਰ ਉੱਠ ਉੱਠ ਗਿਆ ਜਦ ਤabbe ਮੈਂ ਬੈਠਾ ਉੱਪਰ ਨੂੰ ਸਿਰ ਉਠਾਇਆ ਤੇ ਗੁਰਦੁਆਰੇ ਦੀ ਦੇਖੋ ਛੱਤ ਜਿਹੜੀ ਕਿੰਨੀ ਉੱਚੀ ਹੁੰਦੀ ਆ ਦੀਵਾਨ ਦੀ ਕਹਿੰਦੇ ਉਸ ਛੱਤ ਦੀ ਜਿਹੜੀ ਅੰਦਰ ਸੀਲਿੰਗ ਸੀ ਕਹਿੰਦੇ ਉਹਦੇ ਨਾਲ ਜਦੋਂ ਮੇਰਾ ਸਿਰ ਵੱਜਾ ਉਸ ਤੋਂ ਬਾਅਦ ਕਿੰਨੇ ਮੈਨ ਨੂੰ ਜਦ ਸੁਰਤ ਆਈ ਤੇ ਮੈਂ ਕੀ ਦੇਖਿਆ ਕਿ ਮੈਂ ਛੱਤ ਦੇ ਨਾਲ ਲੱਗਾ ਪਿਆ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਹੈਗਾ ਉਹ ਸਾਰਾ ਹੈਗਾ ਕਹਿੰਦੇ ਵੀ ਮੈਂ ਹਰਾਨ ਰਹਿ ਗਿਆ ਪਰ ਇਸ ਦੇ ਨਾਲ ਹੀ ਕਹਿੰਦੇ ਮੈਨੂੰ ਛੇਤੀ ਸਮਝ ਆ ਗਈ कि ਇਹ ਸਾਰੀ ਘਟਨਾ ਜਿਹੜੀ ਆ ਉਸ ਇਲਾਹੀ ਜੋਤ ਦੇ ਸਦਕੇ ਹੋਈ ਆ ਫਿਰ ਕਹਿੰਦੇ ਅਸੀਂ ਛਤ ਨਾਲ ਲੱਗੇ ਲੱਗੇ ਫਿਰ ਸ਼ੂਗਮ ਅਰਦਾਸਾਂ ਸ਼ੁਰੂ ਕਰ ਦਿੱਤੀਆਂ ਜਦ ਅਰਦਾਸਾਂ ਬੇਨਤੀਆਂ ਕੀਤੀਆਂ ਫਿਰ ਆਹਸਤਾ ਆਹਸਤਾ ਕਹਿੰਦੇ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤੱਬਿਆ ਤੇ ਉਤਰ ਆਏ ਜਦ ਤੱਬਿਆ ਤੇ ਉਸੇ ਤਰ੍ਹਾਂ ਉਤਰ ਆਏ ਉਹ ਤੋਂ ਬਾਅਦ ਕਹਿੰਦੇ ਫਿਰ ਅਸੀਂ ਫਿਰ ਉਠੇ ਉੱਠ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਜਾ ਕੇ ਡੰਡੋਤ ਹੋ ਕੇ ਕਹਿੰਦੇ ਫਿਰ ਅਸੀਂ ਫਿਰ ਅਰਦਾਸ ਬੇਨਤੀਆਂ ਕੀਤੀਆਂ ਯਾਦ ਅਰਦਾਸ ਬੇਨਤੀਆਂ ਕੀਤੀਆਂ ਉਸ ਤੋਂ ਬਾਅਦ ਕਹਿੰਦੇ ਫਿਰ ਜਾ ਕੇ ਸਾਡਾ ਜਿਹੜਾ ਸਰੀਰ ਸੀਗਾ ਕੁਝ ਕੁ ਚੇਤਨ ਹਾਲਤ ਦੇ ਵਿੱਚ ਹੋਇਆ ਸੀਗਾ ਸੋ ਇਹ ਜਿਹੜੀ ਪਹਿਲੀ ਘਟਨਾ ਸੀ ਸੰਤ ਹੀਰਾ ਸਿੰਘ ਹੁਣਾਂ ਨੇ ਆਪਣੇ ਜੀਵਨ ਦੇ ਵਿੱਚ ਜਿਹੜੀ ਸੀ ਉਹ ਆਪਣੇ ਨਾਲ ਦੇ ਸਾਥੀ ਸਿੰਘਾਂ ਨਾਲ ਸਾਂਝੀ ਕੀਤੀ ਸੀ ਉਸ ਤੋਂ ਬਾਅਦ ਫਿਰ ਕਹਿੰਦੇ ਸਾਡੇ ਨਾਲ ਇਹੋ ਜਿਹੀਆਂ ਘਟਨਾਵਾਂ ਤਾਂ ਫਿਰ ਨਿਤ ਹੋਣ ਲੱਗ ਪਈਆਂ ਸੀ ਸੋ ਉਸ ਤੋਂ ਬਾਅਦ ਸੰਤ ਹੀਰਾ ਸਿੰਘ ਹੁਣਾਂ ਦੀ ਜਿਹੜੀ ਦੁਨਿਆਵੀ ਲੋਕਾਂ ਦੇ ਵਿੱਚ ਇੱਜ਼ਤ ਸੀਗੀ ਹਨਾ ਉਹ ਬਹੁਤ ਜ਼ਿਆਦਾ ਵੱਧ ਗਈ ਸੀ ਇੱਥੋਂ ਤੱਕ ਵੱਧ ਗਈ ਕਿ ਕਈ ਜਿਹੜੇ ਸੀਗੇ ਸੰਗਜਣ ਸਾਥੀ ਸੰਤ ਹੀਰਾ ਸਿੰਘ ਦੇ ਜੀ ਦੇ ਪਾਸ ਹੋਣ ਲੱਗ ਪਏ ਪਰ ਇਹਦੇ ਨਾਲ ਨਾਲ ਜਿਵੇਂ ਗੁਰਬਾਣੀ ਦਾ ਫਰਮਾਨ ਕਿ ਨੱਕ ਨੱਥ ਖਸਮ ਹਰਿ ਤਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚੇ ਤੇ ਸੰਤ ਸੀ ਹੀਰਾ ਸਿੰਘ ਦੇ ਪਰਿਵਾਰ ਨੂੰ ਉਹਨਾਂ ਸਮਿਆਂ ਦੇ ਵਿੱਚ ਲਾਇਲਪੁਰ ਤੈਨਸੋ ਕਾਟ ਚੱਕ ਦੇ ਬਗੇ ਕੁਛ ਮਰਬੇ ਜਿਹੜੇ ਸੀਗੇ ਸਰਕਾਰ ਵੱਲੋਂ ਮਿਲੇ ਤੇ ਫਿਰ ਸੰਤ ਹੀਰਾ ਸਿੰਘ ਜੀ ਜਿਹੜੇ ਸੀਗੇ ਦੁੱਧਪੁਰਿਆ ਇਹ ਲੁਧਿਆਣੇ ਦਾ ਸਾਰਾ ਹਕਾਰਬਾਰ ਛੱਡ ਕੇ ਉੱਥੇ ਫਿਰ ਲਾਇਲਪੁਰ ਚਲੇ ਗਏ ਸੀ ਜਦੋਂ ਵੀ ਉੱਥੇ ਚਲੇ ਗਏ ਸੀ ਤੇ ਉੱਥੇ ਜਾ ਕੇ ਫਿਰ ਇਹਨਾਂ ਨੇ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ ਪਰ ਉਸ ਤੋਂ ਬਾਅਦ ਸੰਤ ਹੀਰਾ ਸਿੰਘ ਹੁਣਾਂ ਦਾ ਪ੍ਰਭਾਵ ਦੇਖ ਕੇ ਸੰਗਤਾਂ ਨੇ ਸੰਤ ਹੀਰਾ ਸਿੰਘ ਉਹਨਾਂ ਨੂੰ ਪੰਜਾਂ ਪਿਆਰਿਆਂ ਦੇ ਵਿੱਚ ਸ਼ਾਮਲ ਕਰ ਲਿਆ ਤੇ ਸੰਤ ਹੀਰਾ ਸਿੰਘ ਜਿਹੜੇ ਸੀ ਉਹ ਪੰਜਾਂ ਪਿਆਰਿਆਂ ਦੇ ਵਿੱਚ ਸ਼ਾਮਲ ਹੋ ਕੇ ਸੰਗਤਾਂ ਨੂੰ ਅਮਰਿਸ਼ਿ ਕੌਣ ਲੱਗ ਪਏ ਸੀ ਜਦ ਅਮਰਿਸ਼ਿ ਕੌਣ ਲੱਗ ਪਏ ਸੀ ਤੇ ਅਮਰਿਸ਼ਿ ਕੌਣ ਤੋਂ ਪਹਿਲਾਂ ਸੰਤ ਹੀਰਾ ਸਿੰਘ ਜਿਹੜੇ ਸੀਗੇ ਉਹ ਜਿਹੜੇ ਸਿੰਘ ਆਉਂਦੇ ਹੁੰਦੇ ਸੀ ਅਮਰਿਸ਼ਿ ਕਰਨ ਜਾਂ ਸੰਗਤਾਂ ਆਉਂਦੀਆਂ ਹੁੰਦੀਆਂ ਸੀ ਉਹਨਾਂ ਨੂੰ ਨਾਮ ਅਭਿਆਸ ਕਰਾਉਂਦੇ ਹੁੰਦੇ ਸੀ ਸੋ ਇੱਕ ਵਾਰ ਦੀ ਘਟਨਾ ਹੈਗੀ ਆ ਕਿ ਐਸੇ ਹੀ ਲਾਲਪੁਰ ਏਰੀਏ ਦੇ ਵਿੱਚ ਜਦ ਅਮਰਿਸ਼ਿ ਕੌਣ ਇੱਕ ਨਗਰ ਦੇ ਵਿੱਚ ਗਏ ਉਥੇ ਸੰਗਤ ਜਿਹੜੀ ਅਮਰ ਅਭਿਲਾਸੀ ਸੀ ਇਕੱਠੀ ਹੋਈ ਤੇ ਸੰਤ ਹੀਰਾ ਸਿੰਘ ਜਿਹੜੇ ਸੀਗੇ ਉਹਨਾਂ ਨੂੰ ਨਾਮ ਅਭਿਆਸ ਕਰਾਉਣ ਲੱਗ ਪਏ। ਜਾਂ ਨਾਮ ਅਭਿਆਸ ਕੌਣ ਦਾ ਪਏ ਸਾਰੇ ਜਿਹੜੇ ਅਮਰ ਅਭਿਲਾਸੀ ਸੀ ਉਹਨਾਂ ਦੇ ਹੱਥਾਂ ਦੇ ਵਿੱਚ ਸਰਬਲੋਹ ਦੀਆਂ ਮਾਲਾਂ ਸੀਗੀਆਂ। ਤੇ ਸਾਰੇ ਜਿਹੜੇ ਸੀ ਸਰਬਲੋਹ ਦੀਆਂ ਮਾਲਾ ਹੱਥਾਂ ਦੇ ਵਿੱਚ ਫੇਰਦੇ ਨਾਲ ਉੱਚੀ ਉੱਚੀ ਵਾਹਿਗੁਰੂ 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 ਦੇ ਉਹਨਾਂ ਨੇ ਆਲਾਪ ਲਾਪਣੇ ਸ਼ੁਰੂ ਕਰ ਦਿੱਤੇ। ਜਦੋਂ ਲਾਵਲਾ ਆਪਣੇ ਸ਼ੁਰੂ ਕੀਤੇ ਅਚੰਤੇਤ ਉੱਥੇ ਦਾ ਇੱਕ ਨਿਵਾਸੀ ਜਿਹਦਾ ਨਾਂ ਸੀ ਗੰਗਾ ਸਿੰਘ ਇਹ ਬੜਾ ਮਸ਼ਕਰੀ ਵਿਅਕਤੀ ਸੀਗਾ ਲੋਕਾਂ ਨੂੰ ਮਖੌਲ ਬੜੇ ਕਰਦਾ ਹੁੰਦਾ ਸੀਗਾ ਅਚੰਤੇਤ ਜਿੱਥੇ ਸਿੰਘ ਅਭਿਆਸ ਕਰਦੇ ਸੀਗੇ ਉੱਥੇ ਵੀ ਪਹੁੰਚ ਗਿਆ ਜਦੋਂ ਇੰਨੇ ਹਨਾ ਜਾ ਕੇ ਉੱਥੇ ਝਾਤ ਮਾਰ ਕੇ ਦੇਖਿਆ ਕੀ ਦੇਖਿਆ ਕਿ ਸਾਰੇ ਸਿੰਘਾਂ ਦੇ ਹੱਥਾਂ ਦੇ ਵਿੱਚ ਸਰਬਲੋਹ ਦੀਆਂ ਮਾਲਾ ਤੇ ਸਾਰੇ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਦਾ ਆਲਾਪ ਕਰ ਰਹੇ ਆ ਇੰਨੇ ਕੀਤਾ ਉਸੇ ਟਾਈਮ ਇੱਕ ਸਣ ਦੀ ਰੱਸੀ ਲਈ ਉਸਾਂ ਦੀ ਰੱਸੀ ਨੂੰ ਹਨਾ ਫੜਫੜ ਗੰਡਾ ਮਾਰ ਕੇ ਉਹਦੀ ਮੋੜਾ ਜਿਹਾ ਬਣਾ ਕੇ ਇਹ ਵੀ ਬੂਏ ਦੇ ਕੋਲ ਖੜਾ ਹੋ ਗਿਆ ਜਦ ਬੂਏ ਦੇ ਕੋਲ ਖੜਾ ਹੋ ਗਿਆ ਤੇ ਜਿਹੜੇ ਅੰਦਰ ਸਿੰਘ ਨਾਮ ਅਭਿਆਸ ਕਰ ਰਹੇ ਸੀਗੇ ਉਹਨਾਂ ਦੀ ਨਕਲ ਕਰਨੀ ਸ਼ੁਰੂ ਕਰ ਦਿੱਤੀ ਜਦ ਨਕਲ ਕਰਨੀ ਸ਼ੁਰੂ ਕਰ ਦਿੱਤੀ ਤਾਂ ਸਾਂ ਦੀ ਰੱਸੀ ਦੀ ਮੋੜਾ ਜਿਹੜੀ ਸੀ ਇਹ ਵੀ ਘੁਮਾਉਣ ਲੱਗ ਪਿਆ ਤੇ ਨਾਲ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਿਆ ਹਜ ਥੋੜਾ ਜਿਹਾ ਟਾਈਮ ਹੋਇਆ ਸੋ ਇਹਨੂੰ ਇਸ ਤਰ੍ਹਾਂ ਉੱਚੀ ਉੱਚੀ ਨਕਲ ਕਰਦਿਆਂ ਨੂੰ ਤੇ ਕਿਸੇ ਗੁਪਤ ਸ਼ਕਤੀ ਨੇ ਹਨਾ ਇਹ ਗੰਗਾ ਸਿੰਘ ਨੂੰ ਪਟਕਾ ਕੇ ਧਰਤੀ ਤੇ ਜੋਰਨਾ ਮਾਰਿਆ ਜਦ ਮਾਰੇ ਬਸ ਫੇਰ ਕੀ ਸੀ ਇਸ ਗੰਗਾ ਸਿੰਘ ਦੀਆਂ ਚੀਕਾਂ ਨਿਕਲ ਗਈਆਂ ਤੇ ਉੱਚ-ਉੱਚ ਦੇਹਾਂयां ਬੋਣ ਲੱਪੇ ਕਿ ਮੈਨੂੰ ਅੰਦਰ ਜਿਹੜੇ ਸਿੰਘ ਇਹ ਨਾਮ ਅਭਿਆਸ ਕਰਦੇ ਆ ਉਹਨਾਂ ਤੋਂ ਉਹਨਾਂ ਤੋਂ ਬਖਸ਼ਾ ਦਿਓ ਉਹਨਾਂ ਤੋਂ ਬਖਸ਼ਾ ਦਿਓ ਜਦ ਇਹਨੇ ਉੱਚ-ਉੱਚ ਜਿਹੜਾ ਸੀ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਲੋਕੀ ਰੌਲਦ ਵਾਲੇ ਇਹਦੀ ਆਵਾਜ਼ ਸੁਣ ਕੇ ਦੌੜੇ ਆਏ ਉਹਨਾਂ ਨੇ ਜਦ ਕੀ ਦੇਖਿਆ ਤਾਂ ਸਮਝ ਗਏ ਵੀ ਇਹ ਤਾਂ ਬੜਾ ਲੋਕਾਂ ਨੂੰ ਮਖੌਲ ਕਰਦਾ ਹੁੰਦਾ ਸੀਗਾ ਤੇ ਅੱਜ ਲੱਗਦਾ ਹੈ ਸ਼ਹੀਦ ਸਿੰਘਾਂ ਦੇ ਡਿੱਕੇ ਚੜ ਗਿਆ ਹੈਗਾ ਤੇ ਉਹਨਾਂ ਨੇ ਇਹਨੂੰ ਪਟਕਾ ਕੇ ਜ਼ਮੀਨ ਤੇ ਮਾਰ ਦਿੱਤਾ ਹੈਗਾ ਉਸ ਤੋਂ ਬਾਅਦ ਫਿਰ ਇਹ ਗੰਗਾ ਸਿੰਘ ਜਿਹੜਾ ਸੀਗਾ ਨਾ ਇਹ ਮੁੜ ਕੇ ਇਸ ਤਰ੍ਹਾਂ ਦੀਆਂ ਮਸ਼ਕਰੀਆਂ ਜਿਹੜੀਆਂ ਸਿੰਘਾਂ ਨੂੰ ਕਰਦਾ ਹੁੰਦਾ ਸੀਗਾ ਉਹ ਕਰਨੋਂ ਫਿਰ ਆਵਾਜ਼ ਆਇਆ ਸੀਗਾ ਸੋ ਸੰਤ ਹੀਰਾ ਸਿੰਘ ਜੀ ਜਦੋਂ 361 ਚੱਕ ਦੇ ਵਿੱਚ ਖੇਤੀ ਕਰਦੇ ਹੁੰਦੇ ਸੀਗੇ ਤੇ ਉਸ ਟਾਈਮ ਇੱਕ ਵਾਰ ਦੱਸਦੇ ਆ ਕਿ ਇਹਨਾਂ ਨੇ ਨਾਮ ਅਭਿਆਸ ਸਿਮਰਨ ਦਾ ਇੱਕ ਵੀ ਜਿਹੜਾ ਮਿੰਟ ਸੀਗਾ ਕਦੀ ਬੇਲਾ ਨਹੀਂ ਸੀ ਗਿਜ਼ਾਰਿਆ ਜਦ ਇਹਨਾਂ ਨੇ ਖੇਤੀ ਦੇ ਵਿੱਚ ਹਲ ਬੋਣਾ ਤਾਂ ਵੀ ਨਾਮ ਭਜਨ ਕਰੀ ਜਿਹੜਾ ਜਦ ਬੀਜ ਬੀਜਣਾ ਗੋਡੀ ਕਰਨੀ ਗੱਲ ਕੀ ਇਸ ਤਰ੍ਹਾਂ ਇਹਨਾਂ ਦਾ ਇੱਕ ਇੱਕ ਸਵਾ ਜਿਹੜਾ ਸਗਾ ਨਾਮ ਭਜਨ ਸਿਮਰਨ ਦੇ ਨਾਲ ਜਿਹੜਾ ਸਗਾ ਉਹ ਬਤੀਤ ਹੋ ਰਿਹਾ ਸਗਾ ਤੇ ਇੱਕ ਵਾਰੀ ਦੱਸਦੇ ਜਦ ਕਣਕ ਦੀਆਂ ਬਾੜੀਆਂ ਹੋਈਆਂ ਨਾ ਕਣਕ ਦੀਆਂ ਬਾੜੀਆਂ ਹੋਈਆਂ ਤੇ ਸਰਦਾਰ ਹੀਰਾ ਸਿੰਘ ਹੋਣਾ ਨੇ ਆਪਣੀ ਜਿਹੜੀ ਕਣਕ ਸੀਗੀ ਉਹ ਹੱਥੀਂ ਵੱਢੀ ਤੇ ਭਰੀਆਂ ਪਾਈਆਂ ਜਦ ਹੱਥੀਂ ਵੱਢ ਕੇ ਭਰੀਆਂ ਪਾਈਆਂ ਤੇ ਇਹ ਕਣਕ ਜਿਹੜੀ ਸੀਗੀ ਉਥੋਂ ਖੇਤਾਂ ਤੋਂ ਚੱਕ ਕੇ ਦੂਰ ਜਿਹੜੇ ਸੀਗੇ ਆਪਣਾ ਜਿੱਥੇ ਇਹ ਰਹਿੰਦੇ ਸੀਗੇ ਉਹਦੇ ਲਾਗੇ ਜਾ ਕੇ ਸਿੱਟਣੀ ਸੀ ਉਹ ਦੱਸਦੇ ਕਿ ਜਦੋਂ ਸੰਤ ਹੀਰਾ ਸਿੰਘ ਜੀ ਜਿਹੜੇ ਸੀਗੇ ਉੱਪਰ ਹੀ ਚੱਕਦੇ ਹੁੰਦੇ ਸੀ ਭਰੀ ਚੱਕ ਕੇ ਯਾਨੀ ਇਸ ਤਰ੍ਹਾਂ ਲੱਗਦਾ ਸੀਗਾ ਜਿਵੇਂ ਉਹਨਾਂ ਦੇ ਜਿਹੜੇ ਪੈਰ ਉਹ ਹਨ ਜ਼ਮੀਨ ਤੇ ਨਹੀਂ ਲੱਗਦੇ ਤੇ ਸੰਤ ਹੀਰਾ ਸਿੰਘ ਜੀ ਉਡਣ ਗਟੋਲੇ ਹੋ ਜਾਂਦੇ ਸੀਗੇ ਤੇ ਭਰੀ ਲੈ ਕੇ ਨੱਠੇ ਹੀ ਜਾਂਦੇ ਸੀਗੇ ਤੇ ਜਾ ਕੇ ਛੇਤੀ ਭੜੀ ਸਿੱਟ ਕੇ ਹਨ ਮੁੜ ਕੇ ਫੇਰ ਆਪਣੇ ਖੇਤ 'ਚ ਦੂਜੀ ਭਰੀ ਚੱਕਣ ਆ ਜਾਂਦੇ ਸੀ ਜਿਵੇਂ ਇਸ ਤਰ੍ਹਾਂ ਇਹ ਆਪਣੇ ਕਣਕ ਦੀਆਂ ਭਰੀਆਂ ਸਿਰ ਤੇ ਢੋ ਰਹੇ ਸੀ ਅਚੰਚਿਤ ਉੱਥੇ ਨਾਲ ਦੇ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਹੋਰ ਕੰਮੇ ਸੀ ਉਹਨਾਂ ਨੇ ਇਹ ਤੱਕਿਆ ਕਿ ਹੀਰਾ ਸਿੰਘ ਹੁਣੀ ਦੌੜ-ਦੌੜ ਕੇ ਭਰੀਆਂ ਸੱਟ ਰਿਹਾ ਆ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈਗਾ ਜਦੋਂ ਇਹ ਜਿਹੜੇ ਕੰਮੇ ਸੀ ਜਦ ਕੋਲ ਇਹਨਾਂ ਦੇ ਆਏ ਇਹਨਾਂ ਨੇ ਕੀ ਦੇਖਿਆ ਕਿ ਸੰਤ ਹੀਰਾ ਸਿੰਘ ਜਦੋਂ ਹੁਣ ਭਰੀ ਚੱਕਦੇ ਆ ਤੇ ਇਹ ਜਿਹੜੀ ਭਰੀ ਆ ਸੰਤ ਹੀਰਾ ਸਿੰਘ ਤੋਂ ਦੋ-ਦੋ ਗੱਠ ਉੱਪਰ ਸਿਰ ਤੋਂ ਰਹਿੰਦੀ ਹੈਗੀ ਤੇ ਸੰਤ ਹੀਰਾ ਸਿੰਘ ਜਿਹੜੇ ਹੈ ਉਡਣ ਘਟੋਲਾ ਬਣ ਕੇ ਇੱਠੇ ਜਾਂਦੇ ਤੇ ਨਾਲ-ਨਾਲ ਹਵਾ ਦੇ ਵਿੱਚ ਭਰੀ ਜਿਹੜੀ ਆ ਦੋ-ਦੋ ਗੱਠ ਉੱਚੀ ਜਿਹੜੀ ਉਹ ਹਵਾ ਦੇ ਵਿੱਚ ਆਪ ਮਾਰੇ ਜਾ ਰਹੀ ਆ। ਇਹ ਕੋਤਕ ਜਦ ਨਾਲ ਆੜਵੜੇ ਸਾਰੇ ਵੱਡੀ ਕਰਨ ਬੜੀ ਜਿਹੜੇ ਕੰਮਾਂ ਹੰਤੱਕ ਅਸੀਂ ਸਭ ਹੈਰਾਨ ਰਹਿ ਗਏ ਸੀ ਤੇ ਸਾਰਿਆਂ ਨੇ ਫੇ ਇਹ ਕੋਤਕ ਦੇਖ ਕੇ ਸੰਤ ਹੀਰਾ ਸਿੰਘ ਨੂੰ ਦੂਰੋਂ ਹੀ ਮੱਥਾ ਟੇਕਿਆ ਸੀਗਾ। ਸੋ ਐਸੇ ਸੀਗੇ ਸੰਤ ਹੀਰਾ ਸਿੰਘ ਮਹਾਂਪੁਰਖ ਜਿਨ੍ਹਾਂ ਦੇ ਜੀਵਨ ਦੇ ਵਿੱਚ ਅਨੇਕਾਂ ਕੋਤਕ ਜਿਹੜੇ ਵਰਤੇ ਆ ਪਰ ਅਖੀਰ ਇੰਨੇ ਕੋਤਕ ਹੁੰਦੇ ਆ ਵੀ ਦੱਸਦੇ ਆ ਕਿ ਸੰਤ ਹੀਰਾ ਸਿੰਘ ਹੁਣਾਂ ਦੇ ਅੰਦਰ ਜਿਹੜੀ ਸੀ ਫਿਰ ਸ਼ੂਖਮ ਹੋਮੇ ਪ੍ਰਵੇਸ਼ ਕਰ ਗਈ ਸੀ ਜਾਂ ਸ਼ੂਖਮ ਸ਼ੂਖਮ ਹੋਮੇ ਪ੍ਰਵੇਸ਼ ਕਰ ਗਈ ਸੀ ਤੇ ਇਹਨਾਂ ਦੀ ਫਿਰ ਜਿਹੜੀ ਤਰੱਕੀ ਸੀ ਹਨਾ ਆਤਮਿਕ ਤਰੱਕੀ ਜਿਹੜੀ ਸੀ ਉਹ ਰੁਕ ਗਈ ਸੀ ਉਸ ਤੋਂ ਬਾਅਦ ਇਹ ਖਬਰ ਜਦ ਪੰਜਾਬ ਪਿਆਰਿਆਂ ਨੂੰ ਪਤਾ ਲੱਗੀ ਸੀ ਤਾਂ ਪੰਜਾਬ ਪਿਆਰਿਆਂ ਨੇ ਸੰਤ ਹੀਰਾ ਸਿੰਘ ਨੂੰ ਖੁਦ ਜਿਹੜਾ ਸੀ ਆਪਣੇ ਅੱਗੇ ਪੇਸ਼ ਕਰਾਇਆ ਕਿ ਉਹਨਾਂ ਨੇ ਇਹ ਆਖਿਆ ਕਿ ਤਰਨੂ ਕੀ ਗੱਲ ਹੋ ਗਈ ਤੁਸੀਂ ਅੱਜਕੱਲ ਚੁੱਪ ਚੁੱਪ ਕਿਉਂ ਰਹਿੰਦੇ ਆ ਤੇ ਸੰਤ ਹੀਰਾ ਸਿੰਘ ਜਿਹੜੇ ਸੀ ਪੰਜਾਬ ਪਿਆਰਿਆਂ ਦੇ ਮੋਹਰੇ ਜਿਹੜੇ ਸੀ ਉਹ ਰਾਜ ਕੇ ਰੋਏ ਸੀ ਉਹਨਾਂ ਨੇ ਆਖਿਆ ਸੀਗਾ ਕਿ ਜੋ ਖੇੜਾ ਜੋ ਅਨੰਦ ਪਹਿਲਾਂ ਮੇਰੇ ਜੀਵਨ ਦੇ ਵਿੱਚ ਸੀਗਾ ਨਾ ਉਹ ਪਤਾ ਨਹੀਂ ਕਿਉਂ ਰੁਕ ਗਿਆ ਹੈਗਾ ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਸੰਤ ਹੀਰਾ ਸਿੰਘ ਉਹਨਾਂ ਨੇ ਪੰਜਾਬ ਪਿਆਰਾਂ ਨੂੰ ਇਹ ਵੀ ਦੱਸਿਆ ਸੀਗਾ ਕਿ ਮੈਂ ਗੁਰਦੁਆਰੇ ਜੋੜਿਆਂ ਦੇ ਵਿੱਚ ਲੰਮੇ ਪੈ ਪੈ ਕੇ ਇਹ ਸਾਰੇ ਆ ਕੁਝ ਭੁੱਲਣਾ ਬਖਸ਼ਾਉਂਦਾ ਰਿਹਾ ਪਰ ਮੇਰੀ ਤਰੱਕੀ ਜਿਹੜੀ ਪਤਾ ਨਹੀਂ ਕਾਤੇ ਰੁਕ ਗਈ ਹੈ। ਜਦ ਇੰਨੀ ਗੱਲ ਹੋਈ ਸੀ ਫਿਰ ਪੰਜ ਪਿਆਰੇ ਦੇ ਸੰਗਾਂ ਨੇ ਦੱਸਿਆ ਸੀ ਕਿ ਟਾੜੀ ਅੰਦਰ ਸ਼ੂਕਮ ਹਉਮੇ ਪ੍ਰਵੇਸ਼ ਕਰ ਗਈ ਆ। ਜਿਸ ਕਰਕੇ ਇਹ ਜਿਹੜੀ ਤਰੱਕੀ ਹੈਗੀ ਟਾੜੀ ਹੁਣ ਇੱਕ ਜਗ੍ਹਾ ਆ ਕੇ ਰੁਕ ਗਈ ਹੈਗੀ ਆ। ਤੋਂ ਸ਼ੂਕਮ ਹਉਮੇ ਕੀ ਸੀਗੀ ਕਿ ਜਿਹੜਾ ਨਾਮਦਾਨ ਪੰਜ ਪਿਆਰੇ ਹਮਰਿ ਸ਼ਕਾਉਂ ਦੇ ਟੈਮ ਸੰਗਤਾਂ ਨੂੰ ਦਿੰਦੇ ਸੀਗੇ ਹਨਾ ਉਹ ਨਾਮ ਭਜਨ ਸਿਮਰਣ ਜਾਂ ਕਿਸੇ ਸ਼ਬਦ ਦੀ ਕਮਾਈ ਦਾ ਆਰਾਧਨ ਜਿਹੜੇ ਸੀ ਸੰਤ ਹੀਰਾ ਸਿੰਘ ਜਿਹੜੇ ਸੀ ਉਸ ਸੰਗਤਾਂ ਨੂੰ ਕੱਲੇ ਦੇਣ ਲੱਗ ਪਏ ਸੀ ਜਿਸ ਕਰਕੇ ਇਹ ਜਿਹੜੀ ਤਰੱਕੀ ਸੀ ਕਿ ਇਹ ਰੁਕ ਗਈ ਸੀ ਇਹ ਦਾ ਸਾਹਜ ਸੰਤ ਹੀਰਾ ਸਿੰਘ ਨੂੰ ਹੋਇਆ ਸੀਗਾ ਫਿਰ ਉਹਨੇ ਦੱਸਿਆ ਸੀ ਕਿ ਵਾਕਿਆ ਹੀ ਇਸ ਗੱਲ ਦਾ ਮੈਨੂੰ ਪਤਾ ਨਹੀਂ ਸੀਗਾ ਕਿ ਇਸ ਤਰ੍ਹਾਂ ਵੀ ਹੁੰਦੀ ਆ ਪਰ ਪੰਜਾਬ ਪਿਆਰਿਆਂ ਨੇ ਫਿਰ ਇਹਨਾਂ ਨੂੰ ਜਿਹੜਾ ਸੀਗਾ ਉਹ ਥੋੜਾ ਢਾਨਾ ਲਾ ਕੇ ਹਨਾ ਤਾਂ ਫਿਰ ਜਿਹੜਾ ਸੀਗਾ ਇਹਨਾਂ ਤੋਂ ਭੁੱਲ ਬਖਸ਼ਾਈ ਸੀਗੇ ਉਸ ਤੋਂ ਬਾਅਦ ਫਿਰ ਸੰਤ ਹੀਰਾ ਸਿੰਘ ਜਿਹੜੇ ਸੀ ਉਹਨਾਂ ਦੇ ਜਿਹੜੇ ਫਿਰ ਇਲਾਹੀ ਧਲਕਾਰੇ ਪਹਿਲਾਂ ਚੱਲਦੇ ਹੁੰਦੇ ਸੀਗੇ ਤਾਂ ਫਿਰ کئی ਗੁਣਾ ਹੋ ਕੇ ਹੋਰ ਵੱਜਣ ਲੱਗੇ ਤੇ ਉਸ ਤੋਂ ਬਾਅਦ ਫਿਰ ਦੇਖੋ ਸੰਤ ਹੀਰਾ ਸਿੰਘ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਜੋ-ਜੋ ਪਰਪਕਾਰ ਕੀਤੇ ਆ ਅਗਰ ਉਹਨਾਂ ਨੂੰ ਕੱਥਿਆ ਜਾਵੇ ਤਾਂ ਇੱਕ ਬਹੁਤ ਵੱਡੀ ਕਿਤਾਬ ਬਣ ਜਾਂਦੀ ਆ ਸੋ ਐਸੇ ਕੌਤਕ ਉਹਨਾਂ ਦੀ ਜੀਵਨ ਦੀ ਵਿੱਚ ਹੋਏ ਆ ਅਦਾਸ ਇੰਨੇ ਹੀ ਬਚਨ ਸੰਤ ਹੀਰਾ ਸਿੰਘ ਜੀ ਦੁੱਧਪੂਰੀਏ ਦੇ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜੱਜਕਾ ਜੀ ਹੋਈਆਂ ਵਿਅੰਤ ਪੁਰਜੋ ਕੰਦੀ ਖਿਮਾ ਬਖਸ਼ਣੀ ਸੋ ਫਤੇ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ